ਉਹਨਾਂ ਕੋਲ ਇੱਕ ਸਰਦਾਰ ਭੱਦਰ ਪੁਰਸ਼ ਆਇਆ ਤੇ ਮੋਟਰਸਾਈਕਲ ਦੇ ਪਿੱਛੇ ਨੰਬਰ ਨਹੀਂ ਹੈਗਾ ਇਸ ਤਰ੍ਹਾਂ ਜੀ ਮੇਰੇ ਤੋਂ ਮੇਰੇ 13 ਸਾਲ ਵੱਡੇ ਵੱਡੇ ਭਾਈ ਸਾਹਿਬ ਹੈ ਤੇ ਉਹਨਾਂ ਦਾ ਨਾਮ ਹੈ ਕੁਸ਼ਲਿਆ ਨੰਦਨ ਬਾਲੀ ਉਹਨਾਂ ਦਾ ਨਾਮ ਹੈ ਤੇ 1976 ਤੋਂ ਕਰਿਆਨੇ ਦੀ ਦੁਕਾਨ ਕਰਦੇ ਹਾਂ ਇਮਾਨਦਾਰੀ ਦੀ ਦੁਕਾਨਦਾਰੀ ਕਰ ਰਹੇ ਹਾਂ ਉਹਨਾਂ ਨੇ ਆਪਣੀ 4-5 ਦਿਨ ਦੀ ਸੇਲ ਰੋਕ ਕੇ ਕਿਸੇ ਚਾਹ ਵਾਲੇ ਵਪਾਰੀ ਨੂੰ ਪੈਸੇ ਦੇਣੇ ਸੀਗੇ ਉਹਨਾਂ ਕੋਲ ਇੱਕ ਸਰਦਾਰ ਭੱਦਰ ਪੁਰਸ਼ ਆਇਆ ਉਹ ਉਹਨਾਂ ਨੂੰ ਐਂ ਲੱਗਿਆ ਕਿ ਮੇਰੀ ਇਹ ਜਾਣ ਪਹਿਚਾਣ ਦਾ ਅਤੇ ਮੈਂ ਇਹਨੂੰ ਜਾਣਦਾ ਅਤੇ ਉਹ ਚਿਹਰਾ ਜਾਣ ਪਛਾਣ ਸਮਝਣ ਨਾਲ ਉਹਨੇ ਉਹ ਇਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਖੁੱਲ੍ਹੇ ਨੋਟ ਦੇਣਾ ਚਾਹੁੰਦਾ ਅਤੇ ਵੱਡੇ ਨੋਟ ਲੈਣਾ ਚਾਹੁੰਦਾ ਮੈਨੂੰ ਐਂ ਬਚੇ ਹੋਏ ਨੋਟ ਹੈ ਘਰ 'ਚ ਵਿਆਹ ਦੇ ਅਤੇ ਉਹਨਾਂ ਨੇ ਕਿਹਾ ਕਿ ਭਾਈ ਮੈਂ ਬਾਥਰੂਮ ਕਰਨ ਚੱਲੇ ਹਾਂ ਅਤੇ ਤੂੰ ਇੰਨੇ ਕੋਈ ਕੰਮ ਕਰਨਾ ਕਰਿਆ ਉਹ ਕਹਿੰਦਾ ਕੋਈ ਨਹੀਂ ਜੀ ਮੈਂ ਅੱਗੇ ਕੰਮ ਕਰਿਆ ਆਉਂਦਾ ਅਤੇ ਅੱਗੇ ਬਾਜ਼ਾਰ ਦੇ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਹੋ ਰਹੀ ਸੀਗੀ ਰਸਤਾ ਬੰਦ ਸੀਗਾ ਉਹ ਥੋੜ੍ਹੀ ਦੇਰ ਬਾਅਦ ਉਹ ਬਾਥਰੂਮ ਕਰਕੇ 1-2-3 ਮਿੰਟਾਂ ਬਾਅਦ ਵਾਪਸ ਆਏ ਜਦੋਂ ਵਾਪਸ ਆਏ ਤਾਂ ਸੜਕ 'ਤੇ ਹੀ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਦੁਕਾਨ ਦੇ ਬਾਹਰ ਮਿਲਿਆ ਕਹਿੰਦਾ ਆਹ ਲਓ ਜੀ ਲਿਫਾਫਾ ਅਤੇ ਮੈਨੂੰ ਤੁਸੀਂ ਵੱਡੇ ਨੋਟ ਦੇਵੋ ਉਹ ਕਹਿੰਦੇ ਨਹੀਂ ਤੂੰ ਦੁਕਾਨ 'ਚ ਆ ਜਾ ਦੁਕਾਨ 'ਚ ਆ ਕੇ ਉਹਨਾਂ ਨੇ 60 ਨੋਟ ਉਹਨਾਂ ਨੂੰ ਗਿਣ ਕੇ ਦੇ ਤੇ 30,000 ਰੁਪਇਆ 500 ਦੇ 30,000 ਰੁਪਇਆ ਗਿਣ ਕੇ ਦੇ ਤਾ ਅਤੇ ਉਹਨਾਂ ਨੇ ਜਿਹੜੇ ਉਹਨਾਂ ਨੂੰ ਲਿਫਾਫਾ ਰੱਖ ਤਾ ਜੀ ਆਹ ਪੈਸੇ ਹੈ ਅਤੇ ਲਿਫਾਫਾ ਆਹ ਪੈਸੇ ਆ ਲਓ ਜੀ ਮੈਂ ਗਿਣਾਉਂਦਾ ਤੁਹਾਨੂੰ ਗਿਣੋ ਤੁਸੀਂ ਅਤੇ ਹਜੇ ਉਹਨਾਂ ਨੇ ਗਿਣ ਕੇ ਦਿੱਤੇ ਹੀ ਸੀਗੇ ਉਹਨੇ 1/2 ਮਿੰਟ ਬਾਅਦ ਅੱਧੇ ਸਕਿੰਟ ਦੇ ਵਿੱਚ ਬਾਹਰ ਮੋਟਰਸਾਈਕਲ 'ਤੇ ਆਇਆ ਮੋਟਰਸਾਈਕਲ ਆਲਰੇਡੀ ਉਹਨੇ ਸਟਾਰਟ ਖੜ੍ਹਾ ਕੀਤਾ ਹੋਇਆ ਸੀਗਾ ਸਟਾਰਟ ਕਰਕੇ ਬਾਹਰ ਨੂੰ ਪਰਾਂ ਨੂੰ ਮੂੰਹ ਕਰਕੇ ਅਤੇ ਮੋਟਰਸਾਈਕਲ ਦੇ ਪਿੱਛੇ ਨੰਬਰ ਨਹੀਂ ਹੈਗਾ ਅਤੇ ਉਸ ਤੋਂ ਬਾਅਦ ਅਸੀਂ ਉਹਨੂੰ 5-7-10 ਕਿਲੋਮੀਟਰ ਆਲੇ ਦੁਆਲੇ ਪਿੰਡਾਂ 'ਚ ਢੂੰਡਿਆ ਵੀ ਅਤੇ ਹਾਂ ਕਿ ਉਹ ਚਿਹਰਾ ਸਾਨੂੰ ਮਿਲ ਜਾਵੇ ਉਸ ਤੋਂ ਬਾਅਦ ਅਸੀਂ ਪੁਲਿਸ ਤੋਂ ਮਦਦ ਚਾਹੁੰਦੇ ਹਾਂ ਜੀ ਨੋਟ ਜਿਹੜੇ ਦੇਖੇ ਗਿਆ ਕਿਵੇਂ ਦੇ ਨੋਟ ਸੀਗੇ ਕਿਹੜੇ ਨੋਟ ਸੀ ਐਕਚੁਲੀ ਨੋਟ ਤਾਂ ਨਾ ਜੀ ਲਿਫਾਫੇ ਦੇ ਵਿੱਚ ਲਪੇਟੇ ਹੋਏ ਸੀਗੇ ਜੀ ਇਹ ਹਜੇ ਉਹ ਬਜ਼ੁਰਗ ਹੋਣ ਕਾਰਨ ਉਹਨਾਂ ਨੇ ਆਪਣਾ ਵੈਲ ਵਿਸ਼ਰ ਹੋਣ ਦੇ ਕਾਰਨ ਕਿ ਮੇਰਾ ਭਰੋਸੇ ਵਾਲਾ ਬੰਦਾ ਉਹਨਾਂ ਨੇ ਆਪਣੇ ਨੋਟ ਪਹਿਲਾਂ ਜੇਬ 'ਚੋਂ ਕੱਢ ਕੇ ਦੇ ਤੇ ਅਤੇ ਕੋਈ ਨਹੀਂ ਇਹ ਲਿਫਾਫੇ 'ਚ ਨੋਟ ਹੈ ਮੈਂ ਗਿਣ ਲੈਂਦਾ ਆਲਰੇਡੀ ਜਦੋਂ ਇੱਕ ਲਿਫਾਫੇ ਦੇ ਵਿੱਚ ਜਿਹੜੀ 2,000 ਦੀ ਥਈ ਲਪੇਟੀ ਹੋਈ ਸੀਗੀ ਉਹ ਪੂਰੇ ਹੀ ਚੂਰਨ ਵਾਲੇ ਮਨੋਰੰਜਨ ਵਾਲੇ ਨੋਟ ਹੈ 200-200 ਦੇ ਅਤੇ ਜਿਹੜੀ ਇਹ 5-5,000 ਦੀ ਇਹ ਥਈ ਬਣਾ ਕੇ ਇਸ ਤਰ੍ਹਾਂ ਰਬੜ ਲਾਈ ਹੋਈ ਸੀਗੀ 100-100 ਦੇ ਨੋਟਾਂ ਦੀ 5,000 ਦੀ ਥਈ ਇਹਦੇ ਬਾਹਰਲੇ ਪਾਸੇ ਇੱਕ ਅਸਲੀ ਨੋਟ ਹੈ ਇਹਦੇ ਵੀ ਬਾਹਰਲੇ ਪਾਸੇ ਇੱਕ ਅਸਲੀ ਨੋਟ ਹੈ ਹਜੇ ਉਹਨਾਂ ਨੂੰ ਇਹ ਨੋਟ ਗਿਣਨ ਦਾ ਮੌਕਾ ਹੀ ਨਹੀਂ ਮਿਲਿਆ ਹਜੇ ਸਾਰਾ ਕੁਛ ਭਰੋਸੇ 'ਚ ਹੋ ਗਿਆ